वैसे तो पूरे पंजाब दे विच्चों वखरी वखरी थावां ते तस्वीरां आईयां, पर एक सुल्तानपुर लोधी की तस्वीर ने काफ़ी हैरान भी किया ते MLA नूं किते ना किते परेशान भी किया। वो की सी, हालांकि जिहड़े आजाद इक्को एक विधायक ने पंजाब दे, राणा इंद्र प्रताप सिंह, उन्हां दा इह कहना सी कि मैं लोकां दी खातर बन वढ़िया सी, बेशक मेरे ते परचा हो गया, इहो जिहे परचियां तों राणा डरन वाला नहीं, झुकण वाला नहीं। और प्रशासन ने यह दावा किया कि साढ़े नाल तालमेल ही नहीं किया गया, ना कोई मंजूरी ली गई और बन वढ़ दिता गया, इस दे नाल लोगों को खतरा पैदा हो सकता तो परचा दर्ज कर दिता गया। पर हुण एक तस्वीर सामने ताजी आई है कि उसे बन नूं बन्निया जा रहा, पूरिया जा रहा है, और यह भी दावा किया गया, साडी गलबात हुई राणा इंद्र प्रताप सिंह विधायक नाल, सुल्तानपुर लोधी के लोगों की नुमाइंदगी करते हैं, उन्होंने इन सारिया गलों के जवाब दिते ने। उन्होंने ये भी गल का दावा पिछले वारी किया जो असी उन्होंने गलबात की, उन्होंने कहा कि इस दे नाल मैनू कोई फर्क नहीं पैंदा, तो मैं लोगों के लिए ही बन वड्डिया सी ताकि पानी हेठां चला जाए, तो 99% पानी आ जिहड़ा उत्थों गया भी, तो हुण खदशा यह है कि ब्यास वाला पानी किते बैक ना आ जाए, वापस ना आ जाए, जिस दे फ्लो करके फिर साडे पिंडां दा नुकसान होवे। इस करके असी पहलां ही अगाऊ प्रबंध कर रहे हैं, और उन्होंने ये भी दावा किया कि इस मसले दे विच जदों बन वड्डिया गया जां हुण जोड़िया जा रहा है, इस दे विच सरकार दे एक भी पैसे का खर्चा असी नहीं होण देंगे, संगत दे सहयोग दे नाल और अपने दम दे उत्ते इस नूं बन नूं असी बन रहे हैं। लोगों के खेत भी सही हो गए, दुबारा झोना लगन वाला भी हो गया, पिंड भी बच गए, इसे साडा जिहड़ा कॉज सी उह सी। इन्हां सारियां गल्लां दे जवाब दिंदिया होया उन्होंने होर किहड़ियां किहड़ियां गल्लां आखियां ने ते किहड़े किहड़े दावे कीते ने, उह सारियां गल्लां असी तुहाडे नाल सांझियां कर रहे हैं। MLA साहब, तुसीं अपने इलाके नूं अपने हल्के दे लोकां नूं बचाउण दी खातर पहलां बन वढ़िया, फिर तुहाडे ते परचा दर्ज होया, हुण बन जोड़न दीआं तस्वीरां आ गईआं, इह सारी कहानी दे विच तुसीं खुद निजी तजर्बा की कीता? देखो, मेरा निजी तजर्बा इह आ कि जे सरकार ਪਲੈਨ ਕਰ ਸਾਰਾ ਕਰਦੀ ਤੇ ਇਹ ਬੰਨ ਟੁੱਟਣਾ ਤੋੜਨ ਦੀ ਨੌਬਤ ਨਾ ਆਉਂਦੀ ਤੇ ਦੁਬਾਰਾ ਬੰਨਣ ਦੀ ਨੌਬਤ ਨਾ ਆਉਂਦੀ। ਉਹਦਾ ਕਾਰਨ ਕੀ ਆ ਵੀਰ? ਇੱਕ ਦਿਨ ਤੇ ਸਰਕਾਰ ਵੱਡੇ ਵੱਡੇ ਡੈਮ ਹੈ, ਚਾਹੇ ਪੌਂਗ ਡੈਮ ਹੋ ਗਿਆ ਤੇ ਚਾਹੇ ਭਾਖੜਾ ਡੈਮ ਹੋ ਗਿਆ, ਪਿਛਲੇ 3 ਮਹੀਨੇ ਤੇ ਤੁਸੀਂ ਪਾਣੀ ਚਲਾਉਂਦੇ ਰਹੇ 20,000, ਠੀਕ ਹੈ, ਤੇ 3 ਦਿਨ ਕੱਢਤਾ 1,00,000 ਤੇ ਉਹਦੇ ਤੋਂ ਬਾਅਦ ਅੱਜ ਫੇਰ 15,000 ਤੇ ਆ ਰਹੇ ਆ। ਕੋਈ ਬੇਸਿਸ ਹੈਗਾ? ਇਹ ਤਾਂ ਤੁਸੀਂ ਦਸੰਬਰ ਦੇ ਮਹੀਨੇ ਜਿੰਨਾ ਪਾਣੀ ਛੱਡੋ ਤੇ ਪੰਜਾਬ ਡੂਬ ਲਓ ਜਿੱਦਣ ਮਰਜ਼ੀ। ਇਹ ਪੰਜਾਬ ਸਰਕਾਰ ਨੇ ਡੋਬਿਆ ਮਿਸਮੈਨੇਜਮੈਂਟ ਕਰਕੇ, ਨੈਗਲੀਜੈਂਸ ਕਰਕੇ। ਉਹੀ ਹਾਲ ਅੱਜ ਬਿਆਸ ਦਾ ਕੀਤਾ ਆ। ਪਹਿਲਾਂ 15,000 ਸੀ, 60,000 ਨੇ ਸਾਨੂੰ 60,000 ਕੱਢਣ ਚ ਵੀ ਕੋਈ ਸਮੱਸਿਆ ਨੀ, ਕਿਹਦੇ ਉੱਤੇ ਖੋਲਦੇ ਹੋ ਤੇ ਸਰਕਾਰ ਤੇ ਮੈਂ ਮਹਿਸੂਸ ਕਰਦਾ ਮਿਸਮੈਨੇਜਮੈਂਟ ਕਰਕੇ, ਨੈਗਲੀਜੈਂਸ ਕਰਕੇ ਆਪ ਲੋਕਾਂ ਨੂੰ ਡੋਬ ਰਹੀ ਆ। ਪਰ ਮੇਰੇ ਇਲਾਕੇ ਦੀ ਜੇ ਮੈਂ ਗੱਲ ਕਰਾਂ, ਪਾਣੀ ਭਰਿਆ ਸੀ 10-10 ਫੁੱਟ, ਘਰਾਂ ਚ ਲੋਕ ਕੋਠਿਆਂ ਤੇ ਚੜੇ ਸੀ, ਬੰਨ ਵੱਢਿਆ ਸੀ ਤੇ ਅੱਜ ਸੜਕਾਂ ਚੱਲਣ ਲੱਗ ਪਈਆਂ ਤੇ ਖੇਤਾਂ ਦੀਆਂ ਵੱਟਾਂ ਤੋਂ ਥੱਲੇ ਪਾਣੀ ਆ ਗਿਆ। 99% ਏਰੀਏ ਦੇ ਵਿੱਚ ਫਲੱਡ ਭਰੀ ਆ ਤੇ ਮੇਰੇ ਕੁਛ ਪਿੰਡਾਂ ਚ ਝੋਨਾ ਦੁਬਾਰਾ ਲੱਗਣ ਲੱਗ ਪਿਆ ਤੇ ਸਾਰੇ ਏਰੀਏ ਚ ਅਗਲੇ 5-7 ਦਿਨਾਂ ਚ ਝੋਨਾ ਲੱਗਣ ਲੱਗ। ਤੁਸੀਂ ਜਦੋਂ ਬੰਨ ਵੱਢਿਆ ਸੀ, ਇਹਨੂੰ ਕੱਟਿਆ ਗਿਆ ਸੀ, ਉਦੋਂ ਬਾਅਦ ਕਾਫੀ ਚਰਚਾ ਹੋਈ, ਤੁਸੀਂ ਤੇ ਕਿਹਾ ਮੈਂ ਆਪਣੇ ਲੋਕਾਂ ਖਾਤਰ ਕੀਤਾ, ਸਰਕਾਰ ਕਹਿੰਦੀ ਸਾਡੇ ਨਾਲ ਤਾਂ ਤਾਲਮੇਲ ਹੀ ਨਹੀਂ ਰੱਖਿਆ ਤੇ ਪਰਚਾ ਦਰਜ ਕਰ ਦਿੱਤਾ ਗਿਆ ਸੀ ਤੁਹਾਡੇ ਤੇ, ਹੁਣ ਫਿਰ ਬੰਨ ਬੰਨ ਦਿੱਤਾ ਗਿਆ। ਹੁਣ ਅੱਜ ਉੜੀਸ ਕੇ ਬੰਨਣ ਦੀ ਸੀ, ਇੱਕ ਤਾਂ ਸਾਡਾ ਪਾਣੀ ਨਿਕਲ ਗਿਆ, ਦੂਜਾ ਬਿਆਸ ਦਰਿਆ ਚ ਇੰਨਾ ਪਾਣੀ ਛੱਡਿਆ ਜਾ ਰਿਹਾ ਤੇ ਹਰੀ ਕੇ ਖੋਲ ਵੀ ਰਹੇ, ਉਹ ਪਾਣੀ ਬੈਕ ਮਾਰਨ ਦਾ ਰਿਸਕ ਹੈਗਾ ਜੀ। ਪਰ ਕੰਮ ਸਾਡਾ ਨਿਬੜ ਗਿਆ, ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ, ਬਾਬੇ ਨਾਨਕ ਦੀ ਧਰਤੀ ਆ, ਕਰਾਉਣ ਵਾਲੇ ਸਾਰਾ ਕੁਛ ਉਹ ਹੈ ਤੇ ਉਹਨਾਂ ਨੇ ਹੀ ਵਧਾਇਆ ਤੇ ਹੁਣ ਉਹਨਾਂ ਨੇ ਬਣਾ ਦਿੱਤਾ 70% ਬੰਨ ਬੰਨਿਆ ਗਿਆ, ਅੱਜ ਸ਼ਾਮ ਤੱਕ 100% ਬੰਨ ਬੰਨਿਆ ਜਾਊਗਾ। ਤੇ ਇਸ ਬੰਨ ਨੂੰ ਬੰਨਣ ਦੇ ਵਿੱਚ ਤੁਹਾਡਾ ਯੋਗਦਾਨ ਪ੍ਰਸ਼ਾਸਨ ਵੱਲੋਂ ਵੀ ਤੁਹਾਨੂੰ ਮਿਲ ਰਿਹਾ ਜਾਂ ਲੋਕ ਹੀ ਲੱਗੇ ਆ ਮਾਰੇ? 100% ਲੋਕ ਲੱਗੇ ਹੋਏ ਆ, ਸੁਲਤਾਨਪੁਰ ਲੋਧੀ ਦੀ ਸੰਕ ਲੱਗੀ ਵਾ। ਮੈਂ ਇੱਕ ਗੱਲ ਹੋਰ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਬੰਨ ਵੱਢਿਆ ਤੇ ਬੰਨ ਦੁਆਰਾ ਲਾਉਣ ਦੀ ਜ਼ਿੰਮੇਵਾਰੀ ਵੀ ਚੱਕੀ ਸੀ ਤੇ ਸਰਕਾਰ ਦਾ 1 ਰੁਪਈਏ ਦਾ ਖਰਚਾ ਨਹੀਂ ਹੋਏਗਾ ਇਸ ਬੰਨ ਬੰਨਣ ਤੇ, ਸਾਰੇ ਦਾ ਸਾਰਾ ਖਰਚਾ ਸਾਡੇ ਵੱਲੋਂ ਕੀਤਾ ਜਾਊਗਾ। ਸੁਲਤਾਨਪੁਰ ਲੋਧੀ ਦੀ ਸੰਗਤ ਕਰ ਰਹੀ ਹੈ ਸਾਰੇ ਦਾ ਸਾਰਾ।
ਤਾਂ ਹੋਰਨਾਂ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਲੋੜ ਪੈ ਰਹੀ ਹੈ ਮਹਿਸੂਸ ਹੋ ਰਹੀ ਹੈ ਤੁਹਾਡੇ ਗਵਾਂਢ ਵਿੱਚ ਤਾਂ ਬਾਬਾ ਸੀਚੇਵਾਲ ਸਾਹਿਬ ਵੀ ਲੱਗੇ ਆ ਰਾਜ ਸਭਾ ਮੈਂਬਰ, ਕਹਿੰਦੇ ਜਿਹੜਾ ਬੰਨ ਟੁੱਟਿਆ ਸੀ ਉਹ ਅਸੀਂ ਬੰਨ ਬੰਨਣਾ ਵੀ ਜਾਣਦੇ ਹਾਂ। ਹਰੇਕ ਬੰਦਾ ਆਪਦਾ ਆਪਦਾ ਯੋਗਦਾਨ ਪਾਉਂਦਾ, ਸੰਗਠਨ ਦੀ ਯੋਗਦਾਨ ਪਾਇਆ ਤਾਂ ਬੰਨ ਬੰਨੇ ਜਾ ਰਿਹਾ। ਰਾਣਾ ਇਕੱਲਾ ਕੁਛ ਨੀ ਕਰ ਸਕਦਾ, ਕੋਈ ਵੀ ਬੰਦਾ ਇਕੱਲਾ ਕੁਛ ਜੇ ਬੰਨ ਬੰਨਣ ਇਲਾਕੇ ਚੋਂ ਹਜ਼ਾਰਾਂ ਦੀ ਗਿਣਤੀ ਚ ਬੰਦੇ ਆਏ ਹੋਏ ਆ, ਕੋਈ ਮਿੱਟੀ ਭਰ ਰਿਹਾ ਤੇ ਕੋਈ ਟਰੈਕਟਰਾਂ ਨਾਲ ਸੇਵਾ ਕਰ ਰਿਹਾ ਮਿੱਟੀ ਇਕੱਠੇ ਲਿਜਾਣ, ਉਹ ਹਰ ਟਾਈਪ ਦੀ ਪਾਇਆ ਗੁਰੂ ਮਹਾਰਾਜ ਦੀ ਸ਼ਾਂਤੀ ਬੰਨ ਬੰਨਿਆ ਜਾਊਗਾ ਜੀ। ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਜੀ, ਬਹੁਤ ਸ਼ੁਕਰੀਆ। ਥੈਂਕ ਯੂ ਜੀ। ਤੁਸੀਂ ਖੁਦ ਸੁਣਿਆ ਸੁਲਤਾਨਪੁਰ ਲੋਧੀ ਦੇ ਤੋਂ ਆਜ਼ਾਦ ਵਿਧਾਇਕ ਨੇ ਜਿਹੜੇ ਰਾਣਾ ਇੰਦਰ ਪ੍ਰਤਾਪ ਸਿੰਘ, ਉਹਨਾਂ ਨੇ ਆਪਣੀ ਜ਼ੁਬਾਨੀ ਦੱਸਿਆ ਕਿ ਉਹਨਾਂ ਦਾ ਪੂਰੇ ਇਸ ਐਪੀਸੋਡ ਦੇ ਵਿੱਚ ਮਕਸਦ ਕੀ ਸੀ, ਔਰ ਜਿੱਥੇ ਜਿੱਥੇ ਲੋੜ ਪਈ ਉਹਨਾਂ ਦਾ ਇਹ ਕਹਿਣਾ ਕਿ ਉਹ ਲੋਕਾਂ ਦੇ ਨਾਲ ਹੀ ਖੜ੍ਹਦੇ ਰਹਿਣਗੇ। ਔਰ ਇਹ ਵੀ ਗੱਲ ਦਾ ਦਾਅਵਾ ਕੀਤਾ ਗਿਆ ਕਿ ਜਿਹੜਾ ਇਹ ਬੰਨ ਹੁਣ ਪੂਰਿਆ ਜਾ ਰਿਹਾ ਹੈ ਉਸਦਾ 70% ਕੰਮ ਮੁਕੰਮਲ ਹੋ ਗਿਆ, ਸ਼ਾਮ ਤੱਕ ਇਸ ਪੂਰੇ ਦੇ ਪੂਰੇ ਬੰਨ ਨੂੰ ਬੰਨ ਦਿੱਤਾ ਜਾਵੇਗਾ। ਬੀਤੀ ਦੇਰ ਸ਼ਾਮ ਤੋਂ ਤਸਵੀਰਾਂ ਸਾਹਮਣੇ ਆਈਆਂ ਸਨ, ਉਹਨੇ ਸਾਰੀ ਕਹਾਣੀ ਦੇ ਵਿੱਚੋਂ ਉਹਨਾਂ ਨੇ ਆਪਣਾ ਨਿੱਜੀ ਤਜਰਬਾ ਵੀ ਦੱਸਿਆ ਕਿ ਸਰਕਾਰ ਦੀ ਅਣਗਹਿਲੀ ਦੇ ਕਰਕੇ ਇਹ ਹੜ੍ਹ ਆਉਣ ਦੇ ਜਿਹੜੇ ਕਾਰਨ ਨੇ ਉਹ ਬਣੇ ਨੇ। ਜੇਕਰ ਪਹਿਲਾਂ ਤੋਂ ਅਗਾਊਂ ਪ੍ਰਬੰਧ ਕੀਤੇ ਹੁੰਦੇ ਤਾਂ ਸ਼ਾਇਦ ਜਿੰਨਾ ਨੁਕਸਾਨ ਹੋਇਆ ਉਹਨਾਂ ਨੁਕਸਾਨ ਕਿਸੇ ਦਾ ਵੀ ਨਾ ਹੁੰਦਾ। ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।